ਸਤਿ ਸ਼੍ਰੀ ਅਕਾਲ ਜੀ, ਮੈਂ ਸਰ ਲਾਲ ਲਾਲ ਸਿੰਘ ਚੱਡਾ। ਦੰਦ ਕਿਉਂ ਦਿਖਾ ਰਿਹਾ ਹੈ? ਬੈਠ। ਸੀਟ ਰਿਜ਼ਰਵ ਹੈ। ਯੇ ਵੀ ਪੀਛੇ ਜਾ। ਮੈਂ ਘਬਰਾ ਗਿਆ। ਮੇਰੀ ਟ੍ਰੇਨਿੰਗ ਦੇ ਪਹਿਲੇ ਦਿਨ ਹੀ ਮੈਨੂੰ ਡਾਂਟ ਪੜ ਚੁੱਕੀ ਸੀ। ਮੇਰਾ ਉੱਥੇ ਕੋਈ ਦੋਸਤ ਵੀ ਨਹੀਂ ਥਾ। ਯਹਾਂ ਬੈਠ ਜਾ। ਛੱਡੀ ਪੈਂਦੀ ਹੋ? ਆਓ ਜੀ। ਕੌਣ ਸੀ? ਏ ਫਰੰਟ ਬੀ ਫਰੰਟ? ਪਤਾ ਨਹੀਂ ਵੀਰੇ, ਜੋ ਮੰਮੀ ਲੈ ਕੇ ਦਿੰਦੀ ਹੈ। ਚੱਡੀ ਬਣੀਨ ਆਦਮੀ ਕੇ ਲੀਏ ਸਬਸੇ ਜ਼ਰੂਰ ਚੀਜ਼ ਹੋਤੀ ਹੈ। ਇਹ ਬਚਪਨ ਸੇ ਆਪਣੀ ਚੱਡੀ ਬਣੀਨ ਖੁਦ ਬਣਾਤਾ ਹੂੰ। ਮੇਰਾ ਨਾਨਾ ਜੀ ਐਕਸਪਰਟ ਥੇ ਚੱਡੀ ਬਣੀਨ ਮੇ। ਮਾਈ ਨੇਮ ਬਾਲ ਰਾਜੂ ਫਰੋਮ ਬੋੜੀ ਪਾਲਿਆ। ਸਭ ਮੁਝੇ ਬਾਲਾ ਕਹਤੇ ਹੈ। ਮਾਈਸੈਲਫ ਲਾਲ ਸਿੰਘ ਚੱਡਾ, ਕਰੌਲੀ ਪਠਾਨਕੋਟ ਸੇ। ਸਭ ਮੈਨੂੰ ਲਾਲ ਹੀ ਕਹਿੰਦੇ ਹੈ ਜੀ। ਪਲੀਜ਼ ਟੂ ਮੀਟ ਯੂ। ਸੇਮ ਹੇਅਰ। ਬਾਲਾ ਦੀ ਫੈਮਿਲੀ ਚੱਡੀ ਬਣਾਉਣ ਦੀ ਫੈਮਿਲੀ ਸੀ ਜੀ। ਉਸਦੇ ਨਾਨਾ ਫਰੀਡਮ ਫਾਈਟਰਸ ਦੇ ਵਾਸਤੇ ਚੱਡੀ ਬਣਾਉਣ ਬਣਾਤੇ ਥੇ। ਉਸਦੇ ਪਰਨਾਨਾ ਅੰਗਰੇਜ਼ਾਂ ਦੇ ਵਾਸਤੇ ਚੱਡੀ ਬਣਾਉਣ ਬਣਾਤੇ ਥੇ। ਹੋਰ ਉਸਦੇ ਪਰਪਰ ਨਾਨਾ ਉਹ ਰਾਜਾ ਮਹਾਰਾਜਾ ਨਵਾਬੋਂ ਦੇ ਵਾਸਤੇ ਚੱਡੀ ਬਣਾਉਣ ਬਣਾਤੇ ਥੇ। ਚੱਡੀ ਬਣਿਆਨ ਦੇ ਬਾਰੇ ਉਸਨੂੰ ਸਭ ਕੁਛ ਪਤਾ ਥਾ। ਚੱਡੀ ਬਣਿਆਨ ਕੇ ਬਾਰੇ ਮੈਂ ਸਭ ਕੁਛ ਪਤਾ ਹੈ। ਫੌਜ ਕੇ ਬਾਅਦ ਮੈਂ ਵਾਪਸ ਜਾ ਕੇ ਚੱਡੀ ਬਣਿਆਨ ਕਾ ਬਿਜ਼ਨਸ ਸ਼ੁਰੂ ਕਰਨੇ ਵਾਲੇ ਹੂੰ।